ਦੋ ਅਲੀਗੇਸ਼ਨ ਆ ਇੱਕ ਭਾਜਪਾ ਤੇ ਵੀ ਤੇ ਇੱਕ ਕਾਲੀ ਦਲ ਪਹਿਲਾਂ ਕਾਲੀ ਦਲ ਕਲੇਰ ਸਾਹਿਬ ਹੁਣੇ-ਹੁਣੇ ਕਾਂਗਰਸ ਦੇ ਬੁਲਾਰਾ ਸਾਹਿਬ ਨੇ ਕਿਹਾ ਕਿ ਕਿਸੇ ਰਿਸ਼ਤੇਦਾਰ ਤੇ ਅਲੀਗੇਸ਼ਨ ਲੱਗ ਜਾਣਾ ਕਿਸੇ ਪਰਿਵਾਰ ਦੇ ਮੈਂਬਰ ਤੇ ਅਲੀਗੇਸ਼ਨ ਲੱਗ ਜਾਣਾ ਇਹਦਾ ਮਤਲਬ ਇਹ ਥੋੜੀ ਹੈ ਕਿ ਉਹ ਬੰਦਾ ਵੀ ਇਨਵੋਲ ਹੈ ਇਦਾਂ ਤਾਂ ਉਹਨਾਂ ਨੇ ਮਜੀਠੀਆ ਸਾਹਿਬ ਦੀ ਉਦਾਹਰਨ ਦਿੱਤੀ ਹੈ ਕਿ ਮਜੀਠੀਆ ਸਾਹਿਬ ਤੇ ਅਲੀਗੇਸ਼ਨ ਜੇ ਲੱਗੇ ਨੇ ਤਾਂ ਫਿਰ ਸੁਖਵੀਰ ਸਿੰਘ ਬਾਦਲ ਜਾਂ ਬਾਦਲ ਫੈਮਲੀ ਜ਼ਿੰਮੇਵਾਰ ਥੋੜੀ ਹੋ ਸਕਦੀ ਹੈ ਮੈਂ ਹਰਪ੍ਰੀਤ ਜੀ ਪਹਿਲਾਂ ਤਾਂ ਕਾਂਗਰਸ ਦੇ ਪ੍ਰਵਕਤਾ ਸਾਹਿਬ ਨੂੰ ਇੱਕ ਗੱਲ ਦੱਸ ਦਿਆਂ ਕਿ ਵਿਕਰਮ ਮਜੀਠੀਆ ਸਾਹਿਬ ਤੇ ਜਿਹੜਾ ਝੂਠਾ ਪਰਚਾ ਹੈ ਉਹ ਤਾਂ ਸਾਨੂੰ ਵੀ ਬੜੀ ਕਹਿਣ ਦੀ ਲੋੜ ਨਹੀਂ ਔਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਕਹਿਤਾ ਕਿ ਬਹੁਤ ਡਿਸਹਾਰਟਨਿੰਗ ਹੈ ਬਹੁਤ ਮੰਦਪਗ ਹੈ ਕਿ ਪੰਜਾਬ ਦੇ ਵਿੱਚ ਚੋਣਾਂ ਦੇ ਦੌਰਾਨ ਐਸੀ ਗੰਦੀ ਰਾਜਨੀਤੀ ਹੋ ਰਹੀ ਹੈ ਸੋ ਇਹ ਪੰਜਾਬ ਸਰਕਾਰ ਦੇ ਮੂੰਹ ਤੇ ਇੱਕ ਚਪੇੜ ਹੈ ਔਰ ਦੂਜੇ ਪਾਸੇ ਉਹਨਾਂ ਪਾ ਚੰਨੀ ਸਾਹਿਬ ਦੇ ਰਿਸ਼ਤੇਦਾਰ ਦੀ ਗੱਲ ਕਰ ਲਈਏ ਤਾਂ ਮੈਨੂੰ ਤਾਂ ਸਿਰਫ ਖਿਆਲ ਸਾਹਿਬ ਇਹਨਾਂ ਦੱਸ ਦੇਣ ਕਿ ਜਿਹੜਾ ਬੰਦਾ ਆਪਣੀ ਸਾਲਾਨਾ ਇਨਕਮ ਇਨਕਮ ਟੈਕਸ ਰਿਟਰਨ ਦੇ ਵਿੱਚ 17 ਲੱਖ ਰੁਪਏ ਦਿਖਾਉਂਦਾ ਹੋਵੇ ਉਹਦੇ ਘਰੇ 10 ਕਰੋੜ ਰੁਪਏ ਕਿੱਦਾਂ ਪਹੁੰਚਿਆ ਕਿਉਂਕਿ ਜਿਹੜਾ ਹਨੀ ਹੈ ਨਾ ਤਾਂ ਉਹਦੀ ਕੋਈ ਹੋਰ ਸੋਰਸ ਆਫ ਇਨਕਮ ਹੈ ਨਾ ਕੋਈ ਇੰਡਸਟ੍ਰੀਅਲਿਸਟ ਹੈ ਨਾ ਕੋਈ ਵੱਡਾ ਕਾਰੋਬਾਰੀ ਹੈ ਕਿਉਂਕਿ 10 ਕਰੋੜ ਰੁਪਇਆ ਕੈਸ਼ ਦਾ ਹਰਪ੍ਰੀਤ ਜੀ ਹਰ ਪੰਜਾਬੀ ਸਮਝਦਾ ਆਪਾਂ ਵੀ ਸਮਝਦੇ ਆ ਕਿ ਜਿਨ੍ਹਾਂ ਦੀ 2-250 ਕਰੋੜ ਦੀ ਟਰਨਓਵਰ ਹੁੰਦੀ ਹੈ ਨਾ ਉਹ ਲੋਕਾਂ ਦੇ ਘਰੇ ਵੀ 2-2 ਕਰੋੜ ਰੁਪਇਆ 10-10 ਕਰੋੜ ਰੁਪਇਆ ਕੈਸ਼ ਨਹੀਂ ਪਿਆ ਹੁੰਦਾ ਪਹਿਲਾਂ ਤਾਂ ਇਹੀ ਦੱਸਦੇ ਨੇ ਚੰਨੀ ਸਾਹਿਬ ਔਰ ਦੂਜੇ ਪਾਸੇ ਇਹ ਤੋਂ ਵੱਡਾ ਇੱਕ ਸਵਾਲ ਹੈ ਕਿ ਚਰਨਜੀਤ ਚੰਨੀ ਸਾਰਾ ਦਿਨ ਚੈਨਲਾਂ ਦੇ ਉੱਤੇ ਬਹਿ ਕੇ ਕਹਿੰਦੇ ਰਹਿੰਦੇ ਨੇ ਜੀ ਕਿ ਮੈਂ ਤਾਂ ਜੀ ਗਲੀਆਂ 'ਚ ਖੇਡਦਾ ਨਾਲੀਆਂ 'ਚ ਮੈਂ ਮੰਜੇ ਪੁੜੇ ਨੇ ਮੈਂ ਗੁਹਾਰੇ ਲਿਪੇ ਨੇ ਤਾਂ ਚਰਨਜੀਤ ਚੰਨੀ ਪੰਜਾਬ ਨੂੰ ਇਹ ਵੀ ਦੱਸ ਦੇਣ ਇਹ ਐਪ੍ਰੈਂਟਲੀ ਚਰਨਜੀਤ ਚੰਨੀ ਸਾਹਿਬ ਦੀ ਕੋਈ ਹੜਤ ਦੀ ਦੁਕਾਨ ਨਹੀਂ ਕੋਈ ਵੱਡੀ ਫੈਕਟਰੀ ਨਹੀਂ ਰਾਜਨੀਤੀ ਚੋਂ ਇੰਨੇ ਅਮੀਰ ਕਿੱਦਾਂ ਹੋ ਗਏ ਕਿ ਆਪਣੀ 20-20 ਕਰੋੜ ਦੀਆਂ ਇਲੈਕਸ਼ਨ ਕਮਿਸ਼ਨ ਨੂੰ ਦਿਖਾਉਂਦੇ ਨੇ ਕਿ ਮੇਰੇ ਕੋਲ ਜਾਇਦਾਦ ਹੈ ਬੱਚੇ 4-4 ਕਰੋੜ ਦੀ ਗੱਡੀ 'ਤੇ ਚੜਦੇ ਨੇ ਉਹ ਤਾਂ ਫਿਰ ਜ਼ਿਆਦਾ ਇਕਬਾਲ ਸਰਪੰਚਾ ਸਾਲਾਪੁਰ ਵਾਲਾ ਇਹ ਤਾਂ ਉਹ ਨਹੀਂ ਦੱਸਦਾ ਨਾ ਸਾਰਾ ਕੁਝ ਵੀ ਇਹ ਪੈਸਾ ਕਿੱਥੋਂ ਆਉਂਦਾ ਇਲੈਗਲ ਮਾਈਨਿੰਗ ਮਾਫੀਆ ਦਾ ਸਰਗਨਾ ਚਰਨਜੀਤ ਚੰਨੀ ਹੈ ਉਹਨਾਂ ਦਾ ਭਤੀਜਾ ਹਣੀ ਹੈ ਤੇ ਹੁਣੇ ਕੀ ਗੱਲ ਕਰਦੇ ਸੀ ਇਹੇ ਇਹ ਕਹਿੰਦੇ ਜੀ ਐਫਆਈਆਰ ਚ ਨਾ ਨਹੀਂ ਮੈਂ ਕਲੀਅਰ ਕਰ ਦਿਆਂ ਹਰਪ੍ਰੀਤ ਜੀ ਕਿ ਜਿਹੜੀ ਐਫਆਈਆਰ ਹੈ ਉਹਦੇ ਚ ਓਵਰ ਸੀਜ਼ ਕੰਸਲਟੈਂਟਸ ਕੰਪਨੀ ਬਾਈ ਨੇਮ ਹੈ ਕੁਦਰਤ ਦੀਪ ਉਹਦਾ ਡਾਇਰੈਕਟਰ ਬਾਈ ਨੇਮ ਹੈ ਤੇ ਖੜਿਆਲ ਸਾਹਿਬ ਨੂੰ ਪੁੱਛੋ ਵੀ ਓਵਰ ਸੀਜ਼ ਕੰਸਲਟੈਂਟ ਦੇ ਸਿਰਫ ਦੋ ਹੀ ਡਾਇਰੈਕਟਰ ਨੇ ਇੱਕ ਕੁਦਰਤ ਦੀਪ ਹੈ ਇੱਕ ਭਪਿੰਦਰ ਹਣੀ ਹੈ ਜਿਹਦੇ ਘਰੋਂ 10 ਕਰੋੜ ਰੁਪਏ ਲਪੇਆ ਸੋ ਲੋਕਾਂ ਨੂੰ ਘਬਰਾਹ ਕਰਨਾ ਬੰਦ ਕਰਨ ਇਹ ਲੋਕਾਂ ਦਾ ਖੂਨ ਪਸੀਨੇ ਦੀ ਜਿਹੜੀ ਕਮਾਈ ਇਹ ਚੂਸੀਏ ਚੰਨੀ ਸਰਕਾਰ ਨੇ ਕਹਿੰਦੇ ਰੇਤਾ 5 ਰੁਪਏ ਕਰਤਾ ਲਿਆਓ ਦੱਸੋ ਕਿੱਥੇ 5 ਰੁਪਏ ਐ ਕਿਹੜਾ ਪਲਾਟ ਦਿੱਤਾ ਕਿਹੜੀ ਬਿਜਲੀ ਸਸਤੀ ਹੋਈ ਐ ਸਿਰਫ ਲੋਕਾਂ ਨੂੰ ਤੁਸੀਂ 300 ਕਰੋੜ ਰੁਪਈਆ ਸਰਕਾਰੀ ਇਸ਼ਤਿਹਾਰ ਬਾਜੀ ਤੇ ਖਰਚ ਕੇ ਤੁਸੀਂ ਸੋਚਦੇ ਹੋ ਕਿ ਲੋਕ ਮੂਰਖ ਬਣ ਜਾਣਗੇ ਇਹਨਾਂ ਨੂੰ ਸਮਝਾਓ ਕਿ ਪੰਜਾਬ ਹੁਣ ਜਾਗ ਗਿਆ ਜਿਹੜੀ ਗੋਬ ਖਰਿਆਲ ਸਾਹਿਬ ਤੋਂ ਲੈਣਾ ਫਟਾਫਟ ਸ਼੍ਰੀਨ ਸਾਹਿਬ ਤੋਂ ਸ਼੍ਰੀਨ ਸਾਹਿਬ ਤੋਂ ਇੱਕ ਰੈਕਸ਼ਨ ਲਾ ਫਿਰ ਮੈਂ ਵਾਪਸ ਆਣਾ ਸਾਰੇ ਖੜੇ ਸੀ ਇਹ ਸ਼੍ਰੀਨ ਸਾਹਿਬ ਤੋਂ ਫਿਰ ਜਵਾਬ ਦੇਣਾ ਮੈਂ ਇਕੱਠੇ ਜਵਾਬ ਲੈਣਾ ਸ਼੍ਰੀਨ ਸਾਹਿਬ ਤੋਂ ਵੀਕ ਲੈ ਲੀਏ ਸ਼੍ਰੀਨ ਸਾਹਿਬ ਇਹਨੇ ਐਡੀ ਦੀ ਡੈਫੀਨੇਸ਼ਨ ਚੇਂਜ ਕਰ ਦਿੰਦੀ ਆ ਕਹਿੰਦੇ ਨੇ ਇਲੈਕਸ਼ਨ ਡਿਪਾਰਟਮੈਂਟ ਆ ਐਡੀ ਐਡੀ ਨੂੰ ਵਰਤੋਂ ਦੇ ਵਿੱਚ ਤਾਂ ਲਿਆਂਦਾ ਜਾਂਦਾ ਜਦੋਂ ਵੀ ਕਿਸੇ ਸੂਬੇ ਦੇ ਵਿੱਚ ਇਲੈਕਸ਼ਨ ਹੁੰਦੀ ਆ ਤਾ ਇਲੈਕਸ਼ਨ ਡਿਪਾਰਟਮੈਂਟ ਹੈ ਯਾਨੀ ਈਡੀ ਉਸ ਸੁਬੇ ਤੇ ਭੇਜ ਦਿੰਦੀ ਹੈ ਕੇਂਦਰ ਦੀ ਸਰਕਾਰ ਇਸ ਕਰਕੇ ਜੋ ਚੰਨੀ ਸਾਹਿਬ ਤੇ ਅਲੀਗੇਸ਼ਨ ਲੱਗ ਰਹੇ ਨੇ ਉਹ ਸਿਰਫ ਤੇ ਸਿਰਫ ਸਿਆਸਤ ਉਪਰੇ ਰਿਤ ਨੇ ਅ ਪਹਿਲਾ ਤੇ ਇਹਨਾਂ ਨੂੰ ਇਹ ਪੁੱਛ ਲੋ ਖਟਿਆਲ ਸਾਹਿਬ ਨੂੰ ਕਿ ਇਹ ਮੰਨਦੇ ਨੇ ਕਿ 10 ਕਰੋੜ ਰੁਪਇਆ ਚੰਨੀ ਦਾ ਤਾਂ ਹੀ ਚੰਨੀ ਤੇ ਅਲੀਗੇਸ਼ਨ ਆਇਆਗਾ ਨਾ ਹੂੰ ਅਦਰ ਵਿੱਚ ਤਾਂ ਫੜਿਆ ਤੇ ਚੰਨੀ ਗਿਆ ਵੈ ਹੂੰ ਤੇ ਚੰਨੀ ਕੋਲ ਫੜਿਆ ਤੇ ਇਹਨਾਂ ਨੂੰ ਮਿਰਚਾ ਕਿਉ ਲੜ ਰਹੀਆਂ ਨੇ ਔਰ ਕਿਉ ਉਹਦੀ ਉਹਨੂੰ ਡਿਫੈਂਡ ਕਰ ਰਹੇ ਨੇ ਹੂੰ ਕਉਨੂ ਆਪਣਾ ਕੰਮ ਕਰੇਗਾ ਤੇ ਜੇ ਜੇ ਚੰਨੀ ਸਾਹਿਬ ਦੇ ਉਤੇ ਗੱਲ ਕਰਦੇ ਰਹੇ ਤਾਂ ਮਤ ਪੈਸਾ ਚੰਨੀ ਸਾਹਿਬ ਦਾ ਬੜਾ ਕਲੀਅਰ ਜੀ ਗੱਲ ਹੈਗੀ ਹੈ ਤਾਂ ਹੀ ਇਹਨਾਂ ਨੂੰ ਮਿਰਚਾ ਲੜੀਆਂ ਤਾਂ ਹੀ ਇਹ ਸਾਰੇ ਦਿੱਲੀ ਤੋਂ ਲੱਗ ਕੇ ਇੱਥੇ ਤੱਕ ਸਾਰੇ ਪ੍ਰਵਕਤਾ ਉਹਨੂੰ ਡਿਫੈਂਡ ਕਰਨ ਲੱਗੇ ਹੋਏ ਨੇ ਉਹਨੂੰ ਕਿ ਵੀ ਈਡੀ ਦਾ ਜਿਹੜਾ ਨਵੀਂ ਡੈਫੀਨੇਸ਼ਨ ਦੇਣ ਲੱਗੇ ਹੋਏ ਨੇ ਨੰਬਰ 2 ਕੀ ਇਹਨਾਂ ਕੋਲ ਇਹ ਲਾਇਸੈਂਸ ਮਿਲ ਜਾਂਦਾ ਕਿ ਜਦੋਂ ਇਲੈਕਸ਼ਨ ਜਿਹੜੇ ਆ ਜਾਂਦੇ ਤੇ ਅਸੀਂ ਪੰਜਾਬ ਨੂੰ ਔਰ ਦੇਸ਼ ਨੂੰ ਔਰ ਪੰਜਾਬੀਆਂ ਨੂੰ ਲੁੱਟ ਲਈਏ ਕੀ ਇਹ ਲਾਇਸੈਂਸ ਮਿਲ ਜਾਂਦਾ ਕਿ ਕੋਈ ਇਲੈਕਸ਼ਨ ਕੋਡ ਲੱਗ ਜਾਵੇ ਤੇ ਅਸੀਂ ਲੁੱਟਣ ਦਾ ਲਾਇਸੈਂਸ ਮਿਲ ਗਿਆ ਇਹਨਾਂ ਨੂੰ ਦੂਜੀ ਚੀ ਅਸੀਂ ਕੀ ਕਹਿਣਾ ਹੈ ਹਰਪ੍ਰੀਤ ਜੀ ਨਵਜੋਤ ਸਿੰਘ ਸਿੱਧੂ ਜਿਨੇ ਪਰਸੋ ਪ੍ਰੈਸ ਕਾਨਫਰੰਸ ਕਰਦੇ ਹੋਏ ਕੀ ਕਿਹਾ ਹੂੰ ਕਿ ਕਾਂਗਰਸ ਨੂੰ ਉਹ ਚੁੰਨਾ ਪਏਗਾ ਜਿਹੜਾ ਇਮਾਨਦਾਰ ਹੋਵੇ ਔਰ ਸਟੈਮ ਨੇ ਲੈ ਕੇ ਆ ਸਕੇ ਕਿ ਰਿਤਾ ਦੇ ਮਾਫੀ ਮਾਫੀਆ ਡਾਊਨ ਲੈ ਕੇ ਆਣਾ ਇਹ ਇਹ ਪਰਸੋ ਦੀ ਪ੍ਰੈਸ ਕਾਨਫਰੰਸ ਚ ਇਹਨਾਂ ਦੇ ਕਾਂਗਰਸ ਦੇ ਪ੍ਰਧਾਨ ਪੁੱਛ ਰਿਹਾ ਹੂੰ ਅਸੀਂ ਕੀ ਕਹਿਣਾ ਜੀ ਇਹਦੇ ਚ ਹੂੰ ਅਸੀਂ ਤਾਂ ਕੁਝ ਕਹਿੰਦੇ ਹੀ ਨਹੀਂ ਪਏ ਹੂੰ ਅਜੇ ਕਹਿੰਦੇ ਕਾਂਗਰਸ ਦਾ ਅੰਦਰੂਨੀ ਮਾਮਲਾ ਜਿਹਨੂੰ ਮਰਜ਼ੀ ਪ੍ਰੋਜੈਕਟ ਕਰਨ ਕੋ ਆਣ ਤਾਂ ਹੈ ਹੀ ਨਹੀਂ ਸੱਤਾ ਚ ਇਹਨਾਂ ਨੇ ਹੂੰ ਜੋ 5 ਸਾਲਾਂ ਚ ਇਹਨਾਂ ਨੇ ਹਾਲ ਕੀਤਾ ਔਰ 111 ਦਿਨ ਤੀ ਜਿਹੜੇ ਗੁੰਗਾਨ ਗਾਉਂਦੇ ਨੇ ਉਹ ਚ ਲੋਕਾਂ ਨੂੰ ਜਿਸ ਤਰੀਕੇ ਨਾਲ ਮੂਰਖ ਬਣਾਇਆ ਔਰ ਲੋਕਾਂ ਦੇ ਪੱਲੇ ਕੁਝ ਨਹੀਂ ਪਾਇਆ ਸਿਰਫ ਕੋਸ਼ਨਾਵਾਵਾਂ ਕੀਤੀਆਂ ਔਰ ਸਿਰਫ ਖਜ਼ਾਨਾ ਭਰਿਆ ਤੇ ਰਾਹੁਲ ਗਾਂਧੀ ਪ੍ਰਿੰਕਾ ਔਰ ਸੋਨੀਆ ਦੇ ਘਰ ਜਾ ਕੇ ਖਜ਼ਾਨੇ ਭਰੇ ਨੇ ਸਵਾਲ ਤੇ ਇਹ ਹੈ ਕਿ ਲੋਕ ਤੇ ਉਹਦਾ ਜਵਾਬ